ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਖਬਰ ਅਤੇ ਨਜ਼ਰ ਦਾ ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਇਸ ਟਾਈਮ ਪੰਜਾਬ ਤੋਂ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਅਤੇ ਨਜ਼ਰ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਗੁਰਦੀਪ ਸਿੰਘ ਵਿਰਦੀ, ਕਲੋਵਿਸ ਸਤਨਾਮ ਸਿੰਘ, ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦਿਵਾਨਾ ਫਰੈਜ਼ਨੋ, ਚਰਨਜੀਤ ਸਿੰਘ ਬਡਵਾਲ, ਪਿਆਰਾ ਸਿੰਘ, ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਰੇਸ਼ਮ ਸਿੰਘ ਨਿੱਜਰ ਯੂਨੀਵਰਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ, ਰਮਿੰਦਰ ਬਸਰਾ ਬੇਕਰਸਫੀਲਡ, ਗੁਰਮੇਲ ਸਿੰਘ ਲਿੱਦੜ, ਜਸਵੰਤ ਸਿੰਘ ਬੇਕਰਸਫੀਲਡ ਅਤੇ ਟੇਰਕਿਆਣਾ ਇਮੀਗ੍ਰੇਸ਼ਨ ਲਾਅ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕਿਆਣਾ 415-909-0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-9898 ਦੇ ਉੱਤੇ। ਬਲਤੇਜ ਬੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਖੇਤੀ ਕਾਨੂੰਨ ਜਿਹੜੇ ਵਾਪਸ ਹੋਣ ਜਾ ਰਹੇ ਆ, ਪਰ ਇਸ ਦੇ ਨਾਲ ਨਾਲ ਜੇ ਉਹ ਵਾਪਸ ਹੋ ਰਹੇ ਆ ਤਾਂ ਬਿਜਲੀ ਵਾਲਾ ਜਿਹੜਾ ਮੁੱਦਾ ਆ, ਉਸ ਦਾ ਬਿੱਲ ਆ, ਉਹ ਹੁਣ ਆ ਰਿਹਾ ਆ, ਉਹ ਵੀ ਹੁਣ ਨਵਾਂ ਵਿਵਾਦ ਬਣੂਗਾ। ਬਿਲਕੁਲ ਜੀ, ਐਕਚੁਲੀ ਤੁਸੀਂ ਇੱਕ ਕਹਿ ਲਓ ਕਿ ਇਹ ਦੂਜੀ ਮੁਸ਼ਕਲ ਜਿਹੜੀ ਉਹ ਹੋਣੀ ਹੈ ਖੜੀ, ਜਿਹੜੀ ਲਿਸਟ ਸਾਹਮਣੇ ਆਈ ਆ ਲੋਕ ਸਭਾ ਦੀ, ਉਹਦੇ ਵਿੱਚ ਇਹ ਜਿਹੜਾ ਬਿਜਲੀ ਵਾਲਾ ਮਾਮਲਾ ਉਹ ਵੀ ਇਹਦੇ ਵਿੱਚ ਪਾਇਆ ਗਿਆ। ਸਰਕਾਰ ਇਸ ਮਾਮਲੇ ਦੇ ਵਿੱਚ ਬਦਲਾਓ ਕਰ ਸਕਦੀ ਆ, ਇਹ ਦੇਰ ਤੋਂ ਕੋਸ਼ਿਸ਼ ਕਰ ਰਹੀ ਹੈ। ਪਿਛਲੀ ਵਾਰੀ ਕਿਉਂਕਿ ਪਾਰਲੀਮੈਂਟ ਚੱਲੀ ਹੋਈ ਨਹੀਂ, ਇਸ ਕਰਕੇ ਇਹ ਲਿਆਂਦਾ ਨਹੀਂ ਜਾ ਸਕਿਆ। 29 ਨਵੰਬਰ ਨੂੰ ਸ਼ੁਰੂ ਹੋਣ ਵਾਲੇ ਸੰਸਦ ਦੇ ਇਸ ਵਿੰਟਰ ਸੈਸ਼ਨ ਦੇ ਵਿੱਚ ਇਹ ਬਿੱਲ ਆ ਰਿਹਾ। ਇਹਦੇ ਨਾਲ ਕਰੋੜਾਂ ਬਿਜਲੀ ਜਿਹੜੇ ਗਾਹਕ ਨੇ ਉਹ ਪ੍ਰਭਾਵਿਤ ਹੋਣਗੇ। ਸਰਕਾਰ ਬਿਜਲੀ ਕੰਪਨੀਆਂ ਨੂੰ ਸਬਸਿਡੀ ਨਹੀਂ ਦੇਊਗੀ, ਬਲਕਿ ਗਾਹਕਾਂ ਦੇ ਖਾਤੇ ਦੇ ਵਿੱਚ ਟ੍ਰਾਂਸਫਰ ਕਰੂਗੀ। ਜਿਵੇਂ ਜਿਹੜੀ ਗੈਸ ਸਬਸਿਡੀ ਆ ਰਸੋਈ ਵਾਲੀ, ਉਹ ਦਿੱਤੀ ਜਾਂਦੀ ਆ, ਉਹ ਪਹਿਲਾਂ 200 ਤੋਂ ਸਟਾਰਟ ਹੋ ਕੇ ਹੁਣ 10 ਰੁਪਈਏ ਤੇ ਆ ਗਈ। ਉਹ ਤਰੀਕਾ ਹੈ ਸਬਸਿਡੀ ਐਕਚੁਲੀ ਖਤਮ ਕਰਨ ਦਾ। ਤੋ ਮੁਫ਼ਤ ਬਿਜਲੀ ਦੇ ਜਿਹੜੇ ਵਾਅਦੇ ਕੀਤੇ ਜਾ ਰਹੇ ਨੇ ਸਿਆਸੀ ਧੜਿਆਂ ਦੇ ਵੱਲੋਂ, ਉਹ ਖਤਮ ਹੋ ਜਾਊਗਾ ਜੀ ਕੰਮ, ਕਿਉਂਕਿ ਕੋਈ ਵੀ ਸਰਕਾਰ ਮੁਫ਼ਤ ਬਿਜਲੀ ਨਹੀਂ ਦੇ ਸਕੂਗੀ, ਉਹ ਗਾਹਕਾਂ ਨੂੰ ਸਬਸਿਡੀ ਦੇ ਸਕੂਗੀ। ਸਰਕਾਰ ਸਿਰਫ ਜ਼ਰੂਰਤਮੰਦਾਂ ਨੂੰ ਸਬਸਿਡੀ ਜਾਰੀ ਰੱਖੂਗੀ, ਬਾਕੀ ਜਿਹੜੇ ਨੇ ਉਹ ਇਹਦੇ ਵਿੱਚੋਂ ਨਿਕਲ ਜਾਣਗੇ। ਨਵੇਂ ਕਾਨੂੰਨ ਦੇ ਵਿੱਚ ਬਿਜਲੀ ਕੰਪਨੀਆਂ ਦੀ ਲਾਗਤ ਦੇ ਆਧਾਰ ਦੇ ਉੱਤੇ ਜਿਹੜੇ ਯੂਜ਼ਰ ਨੇ ਉਹਨਾਂ ਨੂੰ ਬਿੱਲ ਵਸੂਲ ਕਰਨ ਦੀ ਛੋਟ ਮਿਲ ਜੂਗੀ। ਇਹਦੇ ਵਾਸਤੇ ਜਿਹੜੀਆਂ ਸਰਕਾਰਾਂ ਨੇ ਉਹ ਪਹਿਲਾਂ ਕੰਪਨੀਆਂ ਨੂੰ ਸਬਸਿਡੀ ਦਿੰਦੀਆਂ ਨੇ ਤੇ ਉਹ ਵੋਟਰਾਂ ਤੋਂ ਫਿਰ ਵੋਟਾਂ ਹਾਸਲ ਕਰਦੀਆਂ ਨੇ ਇਹਦੇ ਨਾਲ। ਇਹਦੇ ਨਾਲ ਜਿਹੜੇ ਹੋ ਸਕਦਾ ਕਿਸੇ ਨੂੰ ਇਹ ਲੱਗਦਾ ਹੋਵੇ ਕਿ ਇਹ ਕੋਈ ਫਰਕ ਨਹੀਂ ਪਊਗਾ, ਫਰਕ ਬਹੁਤ ਵੱਡਾ ਪਊਗਾ। ਮੰਨ ਲਓ ਜਿਵੇਂ ਹੁਣ ਕਿਸਾਨਾਂ ਨੂੰ ਜਿਹੜੀ ਬਿਜਲੀ ਫ੍ਰੀ ਦਿੱਤੀ ਜਾ ਰਹੀ ਹੈ, ਉਹ ਬਿਜਲੀ ਫ੍ਰੀ ਨਹੀਂ ਦਿੱਤੀ ਜਾਊਗੀ, ਇਹ ਕਿਹਾ ਜਾਊਗਾ ਕਿ ਤੁਸੀਂ ਬਿੱਲ ਭਰਨੇ ਆ ਤੇ ਸਰਕਾਰ ਤੁਹਾਡੇ ਖਾਤੇ ਦੇ ਵਿੱਚ ਸਬਸਿਡੀ ਪਾ ਦੇਊਗੀ ਬਿੱਲ ਦੀ। ਉਹ ਪਊਗੀ ਕਿੰਨੀ ਦੇਰ, ਇਹ ਨਿਰਭਰ ਕਰਦਾ ਸਿਆਸੀ ਧਿਰਾਂ ਦੇ ਉੱਤੇ ਕਿ ਕਿਹੜੀ ਸਿਆਸੀ ਧਿਰ ਕਿੱਥੇ ਸੱਤਾ ਦੇ ਉੱਤੇ ਕਾਬਜ ਹੈ। ਜਿਵੇਂ ਹੌਲੀ ਹੌਲੀ ਡੀਜ਼ਲ ਦੇ ਉੱਤੇ ਦਿੱਤੀ ਜਾਣ ਵਾਲੀ ਸਬਸਿਡੀ ਖਤਮ ਕਰਤੀ, ਫਿਰ ਜਿਹੜੀ ਰਸੋਈ ਗੈਸ ਦੇ ਉੱਤੇ ਦਿੱਤੀ ਜਾਣ ਵਾਲੀ ਸਬਸਿਡੀ ਲਗਭਗ ਉਹ ਖਤਮ ਹੋ ਗਈ, ਹੁਣ ਇਹ ਬਿਜਲੀ ਦੇ ਉੱਤੇ ਦਿੱਤੀ ਜਾਣ ਵਾਲੀ ਸਬਸਿਡੀ ਵੀ ਖਤਮ ਹੋ ਜਾਊਗੀ। ਇਹ ਜਦੋਂ ਬਿਜਲੀ ਦਾ ਬਿੱਲ ਆਉਣਾ ਲੋਕ ਸਭਾ ਦੇ ਵਿੱਚ, ਤਾਂ ਉੱਥੇ ਰੌਲਾ ਰੱਪਾ ਪੈਣ ਦੇ ਆਸਾਰ ਪੂਰੇ ਹੈਗੇ ਆ। ਜਿਵੇਂ ਇਹ ਲਾਈਨ ਅਪ ਕੀਤੇ ਗਏ ਆ ਸਾਰੇ ਬਿੱਲ, ਕਿਉਂਕਿ ਜਦੋਂ ਖੇਤੀ ਬਿੱਲ ਹੀ ਵਾਪਸ ਲੈਣੇ ਆ,
ਰੌਲਾ ਰੱਪਾ ਤਾਂ ਉੱਥੇ ਉਹਦੇ ਉੱਤੇ ਵੀ ਪੈਣਾ, ਵਿਰੋਧੀ ਧਿਰਾਂ ਨੇ ਉਹਦੇ ਉੱਤੇ ਵੀ ਬਹਿਸ ਦੀ ਮੰਗ ਕਰਨੀ ਆ, ਪਰ ਸਰਕਾਰ ਨੇ ਜਿਵੇਂ ਲਾਈਨ ਅਪ ਕੀਤੇ ਆ ਉਹਦੇ ਤੋਂ ਇਉਂ ਲੱਗ ਰਿਹਾ ਕਿ ਸਰਕਾਰ ਬਹਿਸ ਨਹੀਂ ਕਰਵਾਊਗੀ, ਬਹਿਸ ਨਹੀਂ ਕਰਵਾਊਗੀ। ਤੇ ਫਿਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਸ ਤਰੀਕੇ ਨਾਲ ਬਿੱਲ ਆਏ ਸੀ ਉਦਾਂ ਹੀ ਬਿਨਾਂ ਗੱਲਬਾਤ ਕੀਤੇ ਤੋਂ, ਬਿਨਾਂ ਸਾਹਮਣੇ ਵਾਲੀ ਧਿਰ ਨੂੰ ਸੁਣੇ ਤੋਂ ਇਹ ਵਾਪਸ ਲੈ ਲਏ, ਤੇ ਉਦਾਂ ਹੀ ਲੋਕ ਸਭਾ ਤੇ ਰਾਜ ਸਭਾ ਦੇ ਵਿੱਚੋਂ ਇਹ ਵਾਪਸ ਲੈ ਲਏ ਜਾਣਗੇ। ਪਰ ਵੱਡਾ ਸਵਾਲ ਇਹੀ ਰਹੂਗਾ ਕਿ ਇਹ ਜਿਹੜਾ ਬਿਜਲੀ ਬਿੱਲ ਆ ਇਹਦੇ ਉੱਤੇ ਵਿਰੋਧੀ ਧਿਰਾਂ ਹੁਣ ਕਿੰਨਾ ਰੌਲਾ ਪਾਉਂਦੀਆਂ ਨੇ। 5 ਰਾਜਾਂ ਦੇ ਵਿੱਚ ਚੋਣਾਂ ਹੋ ਰਹੀਆਂ ਨੇ, ਉਹਨਾਂ ਦੇ ਉੱਤੇ ਵੀ ਇਹਦਾ ਇਸ ਬਿੱਲ ਦਾ ਇੰਪੈਕਟ ਪੈ ਸਕਦਾ ਆ, ਪਰ ਇਹ ਵਿਰੋਧੀ ਧਿਰਾਂ ਦੇ ਉੱਤੇ ਆ ਕਿ ਉਹ ਕਿੰਨਾ ਇਹਨੂੰ ਉਭਾਰ ਸਕਦੀਆਂ ਨੇ ਇਸ ਬਿੱਲ। ਜੀ ਅਗਲੀ ਪੰਨੂ ਜੀ ਗੱਲ ਕਰਦੇ ਜਾਈਏ, 2 ਦਿਨਾਂ ਦੇ ਵਿੱਚ ਸੰਸਦ ਦੇ ਵਿੱਚ ਖੇਤੀ ਬਿੱਲ ਤਾਂ ਕਹਿੰਦੇ ਵਾਪਸ ਹੋਣਗੇ, ਪਰ ਕਿਸਾਨ ਫਿਰ ਵੀ ਸਰਹੱਦਾਂ ਦੇ ਵਿੱਚ ਪਹੁੰਚ ਰਹੇ ਨੇ ਵੱਡੇ ਪੱਧਰ ਦੇ ਉੱਤੇ। ਦੇਖੋ ਪਹਿਲਾਂ ਤਾਂ ਇਹ ਸੀਗਾ ਕਿ 29 ਤਰੀਕ ਨੂੰ, ਕਿਉਂਕਿ ਜਿਸ ਦਿਨ ਸ਼ੁਰੂ ਹੋਣਾ ਵਿੰਟਰ ਸੈਸ਼ਨ ਉਸ ਦਿਨ ਸ਼ਰਧਾਂਜਲੀਆਂ ਦੇ ਕੇ ਉਠਾ ਦਿੱਤੀ ਜਾਂਦੀ ਆ ਅਕਸਰ, ਪਰ ਅਜਿਹਾ ਨਹੀਂ ਕੀਤਾ ਜਾ ਰਿਹਾ। ਉਸ ਦਿਨ ਕੰਮ ਹੋਊਗਾ ਸੰਸਦ ਦੇ ਵਿੱਚ। ਲੋਕ ਸਭਾ ਦੀ ਜਿਹੜੀ ਲਿਸਟ ਆ ਉਹਦੇ ਵਿੱਚ 3 ਖੇਤੀ ਕਾਨੂੰਨ ਵਾਪਸ ਲੈਣ ਵਾਲਾ ਲੱਗਿਆ ਹੋਇਆ ਪ੍ਰਾਇਓਰਟੀ ਦੇ ਉੱਤੇ। ਜਿਹੜੇ ਕੇਂਦਰੀ ਮੰਤਰੀ ਨੇ ਅਨੁਰਾਗ ਠਾਕਰ, ਉਹਨੇ ਇਹ ਗੱਲ ਕਹੀ ਹੈ ਕਿ ਜਿਹੜੀ ਕੈਬਨਿਟ ਹੈ ਉਹਦੇ ਵੱਲੋਂ ਜਿਹੜੀ ਇਹਦੇ ਸੰਬੰਧੀ ਜ਼ਰੂਰੀ ਚੀਜ਼ਾਂ ਨੇ ਉਹ ਪੂਰੀਆਂ ਕਰ ਲਈਆਂ ਗਈਆਂ ਨੇ ਕਾਗਜ਼ੀ ਪੱਤਰੀ, ਤੇ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਜਾ ਰਿਹਾ, ਪਹਿਲੇ ਦਿਨ ਹੀ ਪੇਸ਼ ਕੀਤਾ ਜਾਊਗਾ। 25 ਹੋਰ ਬਿੱਲ ਲਿਆਂਦੇ ਜਾਣਗੇ, ਇਹਦੇ ਵਿੱਚ ਕ੍ਰਿਪਟੋ ਕਰੰਸੀ ਦੇ ਉੱਤੇ ਆਧਾਰਿਤ ਬਿੱਲ ਵੀ ਸ਼ਾਮਲ ਹੈ। ਖੈਰ ਉਹ ਸਾਈਡ ਦੇ ਉੱਤੇ ਨੇ ਜਿਹੜੀਆਂ ਬਿੱਲ ਆ ਰਹੇ ਨੇ। ਸਭ ਤੋਂ ਜ਼ਿਆਦਾ ਜਿਹਦੇ ਉੱਤੇ ਨਿਗਾਹ ਲੱਗੀ ਹੋਈ ਹੈ ਜੀ, ਉਹ 3 ਖੇਤੀ ਕਾਨੂੰਨ ਨੇ। ਕਿਸਾਨ ਆਪਣੀ ਗੱਲ ਦੇ ਉੱਤੇ ਅਜੇ ਅੜੇ ਹੋਏ ਨੇ, ਉਹਨਾਂ ਦਾ ਅੜੇ ਰਹਿਣਾ ਬਿਲਕੁਲ ਜਾਇਜ਼ ਵੀ ਆ, ਕਿਉਂਕਿ ਵਿਸ਼ਵਾਸ ਗਵਾ ਚੁੱਕੀ ਆ ਸਰਕਾਰ ਇੱਕ ਕਿਸਮ ਦੇ ਨਾਲ। ਕਿਸਾਨਾਂ ਨੂੰ, ਕਿਸਾਨ ਧਿਰਾਂ ਨੂੰ ਵੀ ਇਹ ਲੱਗਦਾ ਵੀ ਉਹ ਨਾ ਹੋਵੇ ਕਿ ਅਸੀਂ ਉੱਠ ਕੇ ਚੱਲ ਜਾਈਏ, ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਰੀ ਪਹਿਲੇ ਦਿਨ ਤੋਂ ਰੌਲਾ ਪਾਈ ਜਾਂਦੇ ਆ ਕਿ ਜੀ ਛੇਤੀ ਵਾਪਸ ਆ ਜਾਓ, ਹੁਣ ਉੱਥੇ ਕੀ ਕਰਦੇ ਆ ਇਹ ਕਿਸਾਨ ਬੈਠੇ, ਇਹਨਾਂ ਨੂੰ ਵਾਪਸ ਆ ਜਾਣਾ ਚਾਹੀਦਾ। ਜੇ ਇਹ ਵਾਪਸ ਉਸੇ ਦਿਨ ਤੁਰ ਪੈਂਦੇ, ਜਿਹੜਾ ਸੰਯੁਕਤ ਕਿਸਾਨ ਮੋਰਚਾ ਇਹਨਾਂ ਦੀ ਗੱਲ ਦੇ ਉੱਤੇ ਵਿਸ਼ਵਾਸ ਕਰ ਲੈਂਦਾ, ਤਾਂ ਇਹ ਵਾਪਸ ਵੀ ਪਰਤ ਸਕਦੇ ਸੀ, ਬਹੁਤ ਸਾਰੇ ਮਾਮਲਿਆਂ ਤੋਂ ਵਾਪਸ ਪਰਤੇ ਆ। ਇਹ ਉਲਟਾ ਹੋ ਰਿਹਾ ਕਿ ਕੱਲ ਤੋਂ ਜਿਹੜੇ ਜਥੇ ਆ ਇੱਥੋਂ ਪੰਜਾਬ ਤੋਂ, ਹਰਿਆਣੇ ਤੋਂ, ਉੱਤਰ ਪ੍ਰਦੇਸ਼ ਤੋਂ, ਗਾਜੀਪੁਰ ਸਿੰਘੂ ਟਿੱਕਰੀ ਬਾਰਡਰ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਜਾ ਰਹੇ ਆ, ਕਿਉਂਕਿ ਕੱਲ ਨੂੰ, ਅੱਜ ਸਾਡੇ 25 ਤਰੀਕ ਆ, ਕੱਲ ਨੂੰ 26 ਤਰੀਕ ਨੂੰ 1 ਸਾਲ ਪੂਰਾ ਹੋ ਜਾਊਗਾ ਇਹਨਾਂ ਕਿਸਾਨਾਂ ਨੂੰ ਮੁਲਕ ਦੀ ਰਾਜਧਾਨੀ ਦੀਆਂ ਸਰਹੱਦਾਂ ਦੇ ਉੱਤੇ ਬੈਠਿਆਂ। ਸੋ ਅਜੇ ਬੇਸ਼ੱਕ MSP ਵਾਲੇ ਮਾਮਲੇ ਦੇ ਉੱਤੇ ਪੇਚ ਫਸਿਆ ਹੋਇਆ, ਵੇਖਣਾ ਇਹ ਹੋਊਗਾ ਕਿ MSP ਵਾਲੇ ਮਾਮਲੇ ਦੇ ਉੱਤੇ ਸਰਕਾਰ ਸੱਦਦੀ ਆ ਕਿਸਾਨਾਂ ਨੂੰ ਜਾਂ ਨਹੀਂ, ਇਸ ਮਾਮਲੇ ਦੇ ਉੱਤੇ ਉਹ ਕੀ ਗਰੰਟੀ ਦਿੰਦੀ ਆ। ਕਿਸਾਨ ਇਹ ਗੱਲ ਕਹਿੰਦੇ ਆ ਕਿ MSP ਦੀ ਗਰੰਟੀ ਦਿਓ, ਹਵਾ ਦੀ ਸ਼ੁੱਧਤਾ ਦੇ ਵਾਸਤੇ ਜਿਹੜਾ ਕਮਿਸ਼ਨ ਬਣਾਇਆ ਗਿਆ ਉਹਦੇ ਵੱਲੋਂ ਕਿਸਾਨਾਂ ਨੂੰ 1 ਕਰੋੜ ਰੁਪਈਏ ਤੱਕ ਦਾ ਜੁਰਮਾਨਾ ਕਰਨ ਵਾਲਾ ਮਾਮਲਾ ਜਿਹੜਾ ਇਹਨਾਂ ਨੇ ਬਣਾਇਆ ਉਹ ਵਾਪਸ ਲਿਆ ਜਾਵੇ, ਬਿਜਲੀ ਸੁਧਾਰ ਬਿੱਲ ਵਾਪਸ ਕੀਤੇ ਜਾਣ, ਲਖੀਮਪੁਰ ਘਟਨਾ ਦੇ ਵਿੱਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੀ ਬਰਖਾਸਤੀ ਹੋਵੇ, ਅੰਦੋਲਨ 'ਚ ਮਾਰੇ ਗਏ ਕਿਸਾਨਾਂ ਦੀ ਯਾਦ ਦੇ ਵਿੱਚ ਮੈਮੋਰੀਅਲ ਬਣਾਇਆ ਜਾਵੇ, ਇਹ ਕਿਸਾਨਾਂ ਦੀਆਂ ਮੰਗਾਂ ਨੇ। ਜਦੋਂ ਅਕਸਰ ਏਡੀ ਲੰਬੇ ਐਜੀਟੇਸ਼ਨ ਚੱਲਦੀ ਹੈ ਤਾਂ ਉਹਦੇ ਵਿੱਚ ਕੁਛ ਮੰਗਾਂ ਜੁੜ ਜਾਂਦੀਆਂ ਨੇ। ਇਹਦੇ ਵਿੱਚ ਇੱਕ ਅਹਿਮ ਜਿਹੜੀ ਮੰਗ ਉਹ ਇਹ ਵੀ ਆ ਕਿ ਕਿਸਾਨਾਂ ਦੇ ਉੱਤੇ ਮਾਮਲੇ ਬਹੁਤ ਦਰਜ ਹੋਏ ਆ ਵੱਖ ਵੱਖ ਥਾਵਾਂ ਦੇ ਉੱਤੇ, ਇਹਦੇ ਵਿੱਚ ਕੁਛ ਸੀਰੀਅਸ ਧਾਰਾਵਾਂ ਦੇ ਤਹਿਤ ਵੀ ਮਾਮਲੇ ਦਰਜ ਹੋਏ ਆ। ਹੁਣ ਜਦੋਂ ਕਿਸਾਨ ਬੈਠੇ ਆ ਤਾਂ ਇਹਨਾਂ ਮਸਲਿਆਂ ਦੇ ਉੱਤੇ ਗੱਲ ਕਰ ਸਕਦੇ ਆ ਸਰਕਾਰ ਨੂੰ। ਜੇ ਉਹਨੇ 3 ਖੇਤੀ ਕਾਨੂੰਨ ਵਾਪਸ ਲਏ ਆ ਤਾਂ ਜਿਹੜੀ MSP ਗਰੰਟੀ ਤੇ ਕਿਸਾਨਾਂ ਦੇ ਉੱਤੇ ਜਿਹੜੇ ਮਾਮਲੇ ਨੇ ਉਹ ਖਤਮ ਕਰਨ ਦੇ, ਵਾਪਸ ਲੈਣ ਦੇ ਹੁਕਮ ਦੇਣੇ ਬਣਦੇ ਆ। ਜਦੋਂ ਤੁਸੀਂ ਅੰਦੋਲਨ ਖਤਮ ਕਰਨ ਵਾਲੇ ਪਾਸੇ ਨੂੰ ਤੁਰ ਰਹੇ ਹੋ ਕਿ ਅੰਦੋਲਨ ਖਤਮ ਕਰਾਉਣਾ,
ਤੇ ਫਿਰ ਇਹਨਾਂ ਗੱਲਾਂ ਦੇ ਉੱਤੇ ਵੀ ਗੱਲ ਹੋਣੀ ਚਾਹੀਦੀ ਹੈ। ਪਰ 19 ਤਰੀਕ ਤੋਂ ਜਦੋਂ ਇਹ ਤਿੰਨ ਖੇਤੀ ਬਿੱਲ ਵਾਪਸ ਲੈਣ ਦੀ ਅਨਾਉਂਸਮੈਂਟ ਕੀਤੀ ਆ, ਉਸ ਤੋਂ ਬਾਅਦ ਅਗਲੀ ਗੱਲ ਕੋਈ ਅਜੇ ਤੱਕ ਕੀਤੀ ਨਹੀਂ ਸਰਕਾਰ ਨੇ ਗੱਲਬਾਤ ਕਰਨ ਵਾਲੀ। ਜੀ 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 ਵੈਸੇ ਦੇਖਿਆ ਜਾਵੇ ਪੰਨੂ ਜੀ ਵੀ ਜਦੋਂ ਬਿੱਲ ਵੀ ਇਹਨਾਂ ਨੇ ਵਾਪਸ ਕੀਤੇ ਆਪਣੀ ਮਰਜ਼ੀ ਨਾਲ ਲਾ ਕੇ ਮਰਜ਼ੀ ਨਾਲ ਵਾਪਸ ਕੀਤੇ, ਇਹ ਤਾਂ ਮਰਜ਼ੀ ਨਾਲ ਤਾਂ ਨਹੀਂ, ਚਲੋ ਸਾਲ ਜਿਹੜੇ ਸਰਹੱਦਾਂ ਦੇ ਉੱਤੇ ਬੈਠੇ ਰਹੇ ਆ, ਹੁਣ ਆਪਾਂ ਇਹਨਾਂ ਤੋਂ ਕਿੰਨੀ ਕੁ ਉਮੀਦ ਰੱਖ ਸਕਦੇ ਹਾਂ ਵੀ ਇਹ ਫਿਰ ਲੋਕਾਂ ਦੇ ਵਿੱਚ ਆ ਕੇ ਗੱਲ ਜਿਹੜੀ ਉਹ ਕਰਨਗੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਪੰਨੂ ਜੀ ਵੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵੀ ਜਿਹੜਾ ਅੱਜ ਕੱਲ੍ਹ ਜਿਹੜਾ ਉਹ ਸਾਰਾ ਕੁਛ ਆਪਾਂ ਨੂੰ ਪਤਾ ਵੀ ਕੀ ਚੱਲਦਾ ਰਿਹਾ, CM ਚੰਨੀ ਹੋਣਾ ਦਾ ਵੀ ਜਿਹੜਾ ਉਹ ਵਿਰੋਧ ਹੋਇਆ, ਪੂਰਾ ਡਰਾਮਾ ਜਿਹੜਾ ਉੱਥੇ ਦੇਖਿਆ ਗਿਆ, RSS ਦਾ ਬੰਦਾ ਹੋਣ ਦੇ ਵੀ ਜਿਹੜੇ ਬਿਆਨ ਆ ਉੱਥੇ ਹੀ ਸੁਣਨ ਨੂੰ ਮਿਲੇ। ਦੇਖੋ ਇੱਥੇ ਯੂਨੀਵਰਸਿਟੀ ਦੇ ਵਿੱਚ ਹਾਈ ਪ੍ਰੋਫਾਈਲ ਡਰਾਮਾ ਹੀ ਚੱਲਦਾ ਰਿਹਾ। ਜਿਹੜੀਆਂ ਸਟੂਡੈਂਟ ਯੂਨੀਅਨਸ ਨੇ ਜਾਂ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੇ ਮਿਲਣ ਦਾ ਯਤਨ ਕੀਤਾ। ਮੁੱਖ ਮੰਤਰੀ ਬਾਰ ਬਾਰ ਇੱਕ ਗੱਲ ਕਹਿੰਦੇ ਆ ਕਿ ਨਾ ਮੇਰਾ ਫੋਨ ਬੰਦ ਹੁੰਦਾ ਨਾ ਮੈਂ ਬੰਦ ਹੁੰਦਾ, ਇਹ ਵੀ ਕਹਿੰਦੇ ਕੋਈ ਬੰਦਾ ਆ ਕੇ ਮਿਲ ਲੇ, ਅਜਿਹਾ ਨਹੀਂ ਗਾ, ਇਹ ਮਹਿਜ਼ ਐਲਾਨ ਕੀਤੇ ਜਾਂਦੇ ਆ ਇਸ ਤਰ੍ਹਾਂ ਦੇ, ਇਹਨੂੰ ਮੀਡੀਆ ਦੇ ਵਿੱਚ ਬੜਾ ਉਭਾਰਿਆ ਜਾ ਰਿਹਾ। ਐਡਵਰਟਾਈਜ਼ਮੈਂਟ ਜਿਹੜੀ ਇੱਥੇ ਚੱਲ ਰਹੀ ਆ ਉਹਨਾਂ ਬਿਆਨਾਂ ਨੂੰ ਲਾ ਕੇ ਉਹ ਐਡਵਰਟਾਈਜ਼ਮੈਂਟ ਬਣਾਈ ਹੋਈ ਆ ਕਿ ਮੈਂ ਤਾਂ ਹਰੇਕ ਦੇ ਵਾਸਤੇ ਅਵੇਲੇਬਲ ਆ। ਇੱਥੇ ਮਿਲਣਾ ਚਾਹੁੰਦੇ ਸੀਗੇ, 2.5 ਘੰਟੇ ਪੁਲਿਸ ਨੇ ਉਹਨਾਂ ਨੂੰ ਇਹ ਕਹਿ ਕੇ ਖੜੇ ਰੱਖਿਆ ਕਿ ਬਸ ਕੋਈ ਗੱਲ ਨੀ, ਤੁਹਾਡੀ ਜਿਹੜੀ ਗੱਲਬਾਤ ਆ ਤੁਹਾਡੀ ਮੁਲਾਕਾਤ ਹੁਣੇ ਮੁੱਖ ਮੰਤਰੀ ਨਾਲ ਕਰਾਉਂਦੇ ਆ। ਇਹ ਜਿਹੜੇ ਬੇਰੁਜ਼ਗਾਰ ਸੀਗੇ ਜਦੋਂ ਉਹਨਾਂ ਨੇ ਦੇਖਿਆ ਵੀ ਮੁੱਖ ਮੰਤਰੀ ਸਾਹਿਬ ਨੇ ਸਮਾਗਮ ਨੂੰ ਕੀਤਾ ਸੰਬੋਧਨ ਤੇ ਨਾਲ ਦੀ ਨਾਲ ਨਿਕਲਣ ਲੱਗੇ ਤੇ ਇਹ ਮਿਲਣ ਲਈ ਪਿੱਛੇ ਭੱਜੇ ਤੇ ਫਿਰ ਪੁਲਿਸ ਦੇ ਨਾਲ ਇਹਨਾਂ ਦੀਆਂ ਝੜਪਾਂ ਵੀ ਉੱਥੇ ਹੋਈਆਂ। ਪੁਲਿਸ ਨੇ ਡੰਡਾ ਚਾਰਜ ਵੀ ਕੀਤਾ, ਉਹ ਤਾਂ ਪੰਜਾਬ ਪੁਲਿਸ ਸਭ ਤੋਂ ਪਹਿਲਾਂ ਕਰਦੀ, ਬਾਕੀ ਕੰਮ ਤਾਂ ਬਾਅਦ ਚ ਕਰਦੀ ਉਹ। ਤੋ ਇੱਥੇ ਜਿਹੜੇ ETT ਟੈਟ ਪਾਸ ਸੀਗੇ, ਗੈਸਟ ਫੈਕਲਟੀ ਟੀਚਰ ਸੀਗੇ, ਨੌਕਰੀ ਤੋਂ ਕੱਢੀਆਂ ਗਈਆਂ ਨਰਸਿੰਗ ਸਟਾਫ ਵਾਲੀਆਂ ਸੀ, ਯੂਨੀਵਰਸਿਟੀ ਦੀ ਸਟੂਡੈਂਟ ਜਥੇਬੰਦੀਆਂ ਸੀਗੀਆਂ, PSPCL ਜਿਹੜਾ ਜਿਹਨਾਂ ਦੀ ਮੌਤ ਹੋ ਗਈ ਡਿਊਟੀ ਦੇ ਦੌਰਾਨ ਉਹਨਾਂ ਦੇ ਪਰਿਵਾਰਾਂ ਦੇ ਮੈਂਬਰ ਸੀਗੇ, ਸਟੂਡੈਂਟ ਜਥੇਬੰਦੀਆਂ ਜਿਹੜੀਆਂ ਉਹਨਾਂ ਨੇ ਪ੍ਰਦਰਸ਼ਨ ਇੱਥੇ ਕੀਤਾ। ਪਰ ਮੁੱਖ ਮੰਤਰੀ ਨੂੰ ਨਹੀਂ ਮਿਲਿਆ ਜਾ ਸਕਿਆ, ਮਿਲਣ ਹੀ ਨਹੀਂ ਦਿੱਤਾ ਪੁਲਿਸ ਨੇ, ਬਿਨਾਂ ਕਿਸੇ ਸ਼ੱਕ ਦੇ ਮੁੱਖ ਮੰਤਰੀ ਹੋਰਾਂ ਦੇ ਵੱਲੋਂ ਜਾਂ ਸਰਕਾਰ ਦੇ ਵੱਲੋਂ ਹੀ ਆਖਿਆ ਗਿਆ ਹੋਊਗਾ, ਕਿਉਂਕਿ ਇੱਥੇ ਬੜੇ ਵੱਡੇ ਵੱਡੇ ਬੋਰਡ ਲੱਗੇ ਹੋਏ ਆ ਪੰਜਾਬ ਦੇ ਵਿੱਚ, ਹੋਰਡਿੰਗਸ ਦਾ ਹੜ ਆਇਆ ਪਿਆ, ਲੋਕਾਂ ਦਾ ਚੰਨੀ ਇਹ ਉੱਥੇ ਬੋਰਡ ਲੱਗੇ ਆ। ਦੂਜੇ ਬੋਰਡ ਲੱਗੇ ਆ 36,000 ਕੱਚੇ ਵਰਕਰ ਪੱਕੇ ਕੀਤੇ, ਇਹ ਬੋਰਡਾਂ ਦੇ ਰੂਪ ਦੇ ਵਿੱਚ ਆ। ਜੇ ਲੋਕਾਂ ਦਾ ਚੰਨੀ ਹੈ ਤੇ ਲੋਕਾਂ ਨੂੰ ਪੁਲਿਸ ਫਿਰ ਪਿੱਛੇ ਭੱਜ ਭੱਜ ਕੇ ਕੁੱਟ ਕਿਉਂ ਰਹੀ ਆ, ਇਹ ਵੱਡਾ ਸਵਾਲ ਹੈ। ਦੂਜਾ ਇਹ ਕਿ ਜਦੋਂ ਤੁਸੀਂ MLA ਚੁਣਦੇ ਹੋ ਤੇ ਉਹ ਕਿੰਨੇ ਕੁ ਅਕਲਮੰਦ ਕਿੰਨੇ ਕੁ ਸਿਆਣੇ ਹੋ ਸਕਦੇ ਆ, ਇੱਕ ਉਹਦੀ ਮਿਸਾਲ ਵੀ ਇੱਥੇ ਯੂਨੀਵਰਸਿਟੀ ਦੇ ਵਿੱਚ ਮਿਲੀ। ਚਾਹੇ ਤੁਸੀਂ ਕਿਸੇ ਦੇ ਉੱਤੇ ਇਲਜ਼ਾਮ ਵੀ ਲਾਉਣੇ ਆ ਤੇ ਉਹ ਇਲਜ਼ਾਮ ਇਸ ਕਿਸਮ ਦੇ ਨਹੀਂ ਹੋਣੇ ਚਾਹੀਦੇ ਕਿ ਤੁਹਾਡੀ ਗੱਲਬਾਤ ਤੋਂ ਹੀ ਲੱਗੇ ਵੀ ਬੰਦਾ ਪੜ੍ਹਿਆ ਲਿਖਿਆ ਤਾਂ ਹੈ ਨਹੀਂ। ਜਿਹੜੇ ਇੱਥੋਂ ਦੇ VC ਨੇ ਉਹਦੇ ਉੱਤੇ ਘਨੌਰ ਹਲਕਾ ਪੈਂਦਾ ਪਟਿਆਲੇ ਦੇ ਨਾਲ, ਉੱਥੋਂ ਦੇ MLA ਜਿਹੜੇ ਚਰਚਿਤ ਰਹੇ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੇਲੇ ਵੀ ਬਹੁਤ ਚਰਚਿਤ ਰਹੇ ਆ, ਮਦਨ ਲਾਲ ਜਲਾਲਪੁਰ, ਉਹਨਾਂ ਨੇ ਇੱਕ ਵੀਡੀਓ ਵੀ ਵਾਇਰਲ ਹੋਈ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਇੱਥੇ ਯੂਨੀਵਰਸਿਟੀ ਦੇ ਵਿੱਚ RSS ਦਾ ਰਾਜ ਚੱਲਦਾ, ਇਹ RSS ਦਾ ਬੰਦਾ, ਇਸ ਕਰਕੇ ਕਹਿੰਦੇ ਮੈਂ ਤਾਂ ਇੱਥੇ ਸਟੇਜ ਦੇ ਉੱਤੇ ਨਹੀਂ ਨਾਲ ਬੈਠਣਾ। ਗੱਲ ਇਹ ਨਹੀਂ ਗੀ ਕਿ VC RSS ਦਾ ਬੰਦਾ ਹੈ ਜਾਂ ਨਹੀਂ, ਇਹ ਸਭ ਨੂੰ ਪਤਾ ਕਿ ਯੂਨੀਵਰਸਿਟੀਜ਼ ਦੇ ਵਿੱਚ ਕਿਵੇਂ ਇੱਕ ਕਿਸਮ ਦੇ ਨਾਲ ਇਹ ਵਿਸ਼ੇਸ਼ ਵਿਚਾਰਧਾਰਾ ਵਾਲੇ ਬੰਦੇ ਲਾਏ ਆ। ਪਰ ਉਹਦੇ ਲਈ ਵਿਰੋਧ ਕਰਨ ਦੇ ਵਾਸਤੇ ਜਦੋਂ ਇੱਕ ਲੋਕਾਂ ਦਾ ਨੁਮਾਇੰਦਾ ਤੂੰ ਤੜੱਕ ਵਾਲੀ ਭਾਸ਼ਾ ਵਰਤੇ ਉਹ ਅਕਸੈਪਟਡ ਨਹੀਂ ਹੁੰਦੀ। ਇੱਕ ਦੂਜੀ ਗੱਲ ਇਸ ਚੀਜ਼ ਨੂੰ ਪ੍ਰੂਵ ਕਰਨਾ ਔਖਾ, ਕਿਉਂਕਿ ਯੂਨੀਵਰਸਿਟੀਜ਼ ਦੇ ਵਿੱਚ ਨਾ ਜੀ ਬਹੁਤ ਸਾਰੇ ਇੱਦਾਂ ਦੇ ਅਹੁਦੇ ਹੈਗੇ ਆ ਜਿਨ੍ਹਾਂ ਦੇ ਉੱਤੇ ਪੋਲੀਟੀਕਲ ਲੋਕ ਜਾਂ ਤਾਂ ਆਪ ਕਾਬਜ਼ ਨੇ
ਜਾਂ ਉਹਨਾਂ ਨੇ ਆਪਣੇ ਕਿਸੇ ਨਾ ਕਿਸੇ ਨੇੜੇ ਤੇੜੇ ਵਾਲੇ ਨੂੰ ਕਾਬਜ਼ ਕਰਾਇਆ ਹੋਇਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਿੱਦਾਂ ਜਿੱਦਾਂ ਜਾਂ ਜਿਹੜੀਆਂ ਯੂਨੀਵਰਸਿਟੀਜ਼ ਨੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋ ਗਈ ਅੰਮ੍ਰਿਤਸਰ ਵਾਲੀ, ਇਹਨਾਂ ਦੇ ਉੱਤੇ ਅਕਸਰ ਜਿਹੜਾ ਸਿਆਸੀ ਗਲਬਾ ਉਹ ਦਿਸਦਾ। ਕੁਝ ਚੀਜ਼ਾਂ ਦਿਸ ਜਾਂਦੀਆਂ ਨੇ, ਕੁਝ ਚੀਜ਼ਾਂ ਦਿਸਦੀਆਂ ਨਹੀਂ। ਅੰਦਰ ਛੋਟੀਆਂ ਛੋਟੀਆਂ ਜੌਬਸ ਹੁੰਦੀਆਂ ਨੇ ਜਿੱਥੇ ਇਹ ਸਿਆਸੀ ਲੋਕ ਆਪਣੇ ਲੋਕਾਂ ਨੂੰ ਫਿੱਟ ਕਰਾਉਂਦੇ ਆ। ਜਦੋਂ ਉਹਨਾਂ ਦੀ ਇਹ ਫਿਟਿੰਗ ਸੈੱਟ ਨਹੀਂ ਬੈਠਦੀ ਤੇ ਫਿਰ ਉਹ ਇਲਜ਼ਾਮ ਜ਼ਰੂਰ ਲਾਉਂਦੇ ਆ। ਇਹ ਜਿਹੜੇ ਇਲਜ਼ਾਮ ਨੇ ਮਦਨ ਲਾਲ ਜਲਾਲਪੁਰ ਦੇ, ਇਹ ਕੁਝ ਇਸੇ ਕਿਸਮ ਦੇ ਇਲਜ਼ਾਮ ਜ਼ਿਆਦਾ ਲੱਗਦੇ ਆ, ਕਿਉਂਕਿ ਵੀਸੀ ਹੋਣੇ ਤਾਂ ਲੱਗੇ ਨਹੀਂ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਮਹਾਰਾਜਾ ਸਾਹਿਬ ਕਹਿ ਕੇ ਸਿਰ ਤੇ ਬਿਠਾਉਣ ਵਾਲਿਆਂ ਦੇ ਵਿੱਚੋਂ ਮਦਨ ਲਾਲ ਜਲਾਲਪੁਰ ਵੀ ਤਾਂ ਇੱਕ ਨੇ। ਉਹ ਅੱਜ ਵੀ ਇਹ ਕਦੇ ਨਹੀਂ ਸੀ ਮਹਿਸੂਸ ਕਰਦੇ ਕਿ ਉਹ ਜਿੱਤੇ ਹੋਏ ਨੇ, ਉਹ ਰਾਜੇ ਤਾਂ ਹੈ ਨਹੀਂ। ਇਹੀ ਲੋਕ ਨੇ ਜਿਨ੍ਹਾਂ ਨੇ ਰਾਜਾ ਸਾਹਿਬ ਕਿਹਾ। ਅੱਜ ਇਹ ਦੂਜੇ ਪਾਸੇ ਨੂੰ ਚੱਲ ਰਹੇ ਨੇ, ਉਹਦੇ ਵਿਰੋਧ ਦੇ ਵਿੱਚ ਖੜ ਰਹੇ ਨੇ। ਜਦੋਂ ਫੈਕਟਰੀਆਂ ਫੜੀਆਂ ਗਈਆਂ ਸੀ ਪਟਿਆਲੇ ਦੇ ਵਿੱਚੋਂ, ਉਦੋਂ ਉਹ ਕਿਹਦੀਆਂ ਫੈਕਟਰੀਆਂ ਸੀ? ਬਹੁਤ ਸਾਰੇ ਲੋਕਾਂ ਨੂੰ ਪਤਾ, ਜੇ ਨਹੀਂ ਕੋਈ ਕਾਰਵਾਈ ਹੋਈ ਤਾਂ ਉਹ ਕਿਉਂ ਨਹੀਂ ਹੋਈ, ਉਹ ਵੀ ਸਭ ਨੂੰ ਪਤਾ। ਇਹ ਤਾਂ ਚਲੋ ਵੀਸੀ ਸੀਗਾ, ਜੇ ਵੀਸੀ ਉੱਠ ਕੇ ਮਾਈਕ ਦੇ ਉੱਤੇ ਕਹਿ ਦਿੰਦਾ ਵੀ ਠੀਕ ਆ ਮੈਂ ਆਰਐਸਐਸ ਦਾ ਬੰਦਾ, ਤੇ ਹੁਣ ਇਹ ਵੀ ਦੱਸ ਦਿਓ ਉਹਨਾਂ ਫੈਕਟਰੀਆਂ ਦਾ ਮਾਲਕ ਕੌਣ ਸੀ ਤੇ ਫਿਰ ਕੀ ਰਹਿੰਦੀ। ਜੀ 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 ਜੱਗੋ ਤੇਰਵੀਂ ਹੋਣੀ ਸੀ ਜੀ ਇਹ ਤਾਂ, ਪਰ ਸਭ ਨੂੰ ਪਤਾ ਕੀ ਚੱਲ ਰਿਹਾ ਆ। ਪੰਨੂ ਜੀ ਅਗਲੀ ਗੱਲ ਕਰੀਏ, ਕੇਬਲ ਦੇ ਬਿੱਲ ਨੂੰ ਲੈ ਕੇ ਹੁਣ ਵੱਡੀ ਬਹਿਸ ਜਿਹੜੀ ਉਹ ਛਿੜ ਗਈ ਆ। ਸਾਡੇ ਜਿਹੜੇ ਮੁੱਖ ਮੰਤਰੀ ਆ, ਐਲਾਨ 'ਤੇ ਐਲਾਨ ਠੋਕੀ ਜਾਂਦੇ, ਹੁਣ ਇਹ ਤਾਂ ਵਹਿੰਦੇ ਨਹੀਂ ਵੀ ਇਹ ਪੂਰਾ ਕੀਤਾ ਵੀ ਜਾ ਸਕਦਾ ਹੈ ਕਿ ਨਹੀਂ। ਹਰ ਇੱਕ ਨੂੰ ਖੁਸ਼ ਕਰਨ ਦੀ ਆੜ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਆ। ਹੁਣ ਕੀ ਮਸਲਾ ਜੀ ਹੁਣ ਕੇਬਲ ਦੇ ਬਿੱਲਾਂ ਨੂੰ ਲੈ ਕੇ? ਇਹ ਪੰਜਾਬ ਦੀ ਬਦਕਿਸਮਤੀ ਰਹੀ ਹੈ ਪਿਛਲੇ ਸਮੇਂ ਦੇ ਵਿੱਚ, ਤੇ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਹਦੇ ਵਿੱਚ ਕੋਈ ਵੱਡੀ ਤਬਦੀਲੀ ਹੋਣ ਦੇ ਆਸਾਰ ਅਜੇ ਵੀ ਨਹੀਂ ਹੈਗੇ। ਕਿਉਂਕਿ ਜਿਸ ਤਰੀਕੇ ਦੇ ਨਾਲ ਐਲਾਨ ਹੋ ਰਹੇ ਆ, ਇੱਕ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਹੋਊਗਾ, ਐਲਾਨਜੀਤ ਸਿੰਘ ਚੰਨੀ ਨਾਂ ਦਾ ਪੋਸਟਰ ਫਿਰਦਾ ਜੀ। ਕਿਉਂਕਿ ਚਰਨਜੀਤ ਸਿੰਘ ਚੰਨੀ ਹੋਰੀ ਐਲਾਨ ਤੇ ਐਲਾਨ ਕਰੀ ਜਾਂਦੇ ਆ, ਐਸ ਸੂਨ ਉਹ ਐਲਾਨ ਕਰਕੇ ਨਿਕਲਦੇ ਆ ਤੇ ਨਾਲ ਦੀ ਨਾਲ ਉਹਦੀ ਐਡ ਜਿਹੜੀ ਇਹਨਾਂ ਦੀ ਵੱਖ ਵੱਖ ਪਲੈਟਫਾਰਮਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਚੱਲਣੀ ਸ਼ੁਰੂ ਹੋ ਜਾਂਦੀ ਆ ਉਹ ਐਡ। ਉਹ ਇਹਦਾ ਮਤਲਬ ਕਿ ਉਹ ਐਡਾਂ ਜਿਹੜੀਆਂ ਜੀ ਉਹ ਪਹਿਲਾਂ ਬਣੀਆਂ ਹੋਈਆਂ ਹੁੰਦੀਆਂ ਨੇ। ਜਿਵੇਂ ਜੇ ਤੁਸੀਂ ਅੱਜ ਦੇ ਜਿਹੜੇ ਅਖਬਾਰ ਨੇ ਉਹਨਾਂ ਦੇ ਵਿੱਚ ਦੇਖੋਗੇ ਤੇ ਫੁੱਲ ਪੇਜ ਦੀਆਂ ਐਡਵਰਟਾਈਜ਼ਮੈਂਟ ਤੁਹਾਨੂੰ ਦਿਸ ਪੈਣਗੀਆਂ, ਜਿਹਦੇ ਵਿੱਚ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਕੱਲ ਆਏ, ਅਜੇ ਕੁਛ ਘੰਟੇ ਹੋਏ, ਫੁੱਲ ਪੇਜ ਦੀ ਐਡ ਹੈ ਕਿ ਭਾਸ਼ਾ ਦੇ ਨਾਂ ਤੇ ਵਿਸ਼ਵ ਦੀ ਦੂਜੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ 'ਚੋਂ ਕੱਢ ਕੇ ਕੀਤੀ ਗਈ ਮੁੜ ਸ਼ਾਨ ਬਹਾਲ। ਇਹ ਐਲਾਨ ਹੈ ਕਿ ਪੰਜਾਬੀ ਯੂਨੀਵਰਸਿਟੀ ਨੂੰ 150 ਕਰੋੜ ਰੁਪਈਏ ਦਾ ਕਰਜ਼ ਅਦਾ ਕਰੂਗੀ ਪੰਜਾਬ ਸਰਕਾਰ। ਇਹ ਐਲਾਨ ਕੀਤਾ, ਜਿਹੜੀ ਸਾਲਾਨਾ ਗ੍ਰਾਂਟ ਜਿਹੜੀ ਆ ਉਹਦੇ 'ਚ 114 ਕਰੋੜ ਤੋਂ ਵਧਾ ਕੇ 240 ਕਰੋੜ ਰੁਪਈਏ ਕੀਤੀ ਗਈ ਆ। ਇਹ ਐਲਾਨ ਜਿਹੜਾ ਲੋਕ ਸੰਪਰਕ ਵਿਭਾਗ ਆ ਉਹਨੇ ਐਡਵਰਟਾਈਜ਼ਮੈਂਟ ਦੇ ਵੀ ਦਿੱਤੀ। ਸਵਾਲ ਇਹ ਆ ਕਿ ਜਦੋਂ ਇਹ ਯੂਨੀਵਰਸਿਟੀ ਦਾ ਕਰਜ਼ਾ ਮੁਆਫ ਹੋ ਜਾਊਗਾ ਜਾਂ ਕਰ ਦਿੱਤਾ ਜਾਊਗਾ, ਉਦੋਂ ਤੁਸੀਂ ਇਹ ਆਖੋ ਕਿ ਹਾਂ ਇਹ ਕਰ ਦਿੱਤਾ। ਅੱਛਾ, ਭੁਲੇਖਾ ਇਹ ਪਾਇਆ ਜਾ ਰਿਹਾ, ਐਲਾਨ ਨੂੰ ਫੈਸਲਾ ਦੱਸਿਆ ਜਾ ਰਿਹਾ, ਇਹ ਇੱਕ ਨਵੀਂ ਚੀਜ਼ ਸਿਆਸਤ ਦੇ ਵਿੱਚ ਹੋਈ ਹੈ। ਇਸੇ ਤਰੀਕੇ ਦੇ ਨਾਲ ਕੇਬਲ ਵਾਲੀ ਆ ਕਿ ਉਹ ਐਲਾਨ ਕਰਿਆ ਹੈ ਕਿ 100 ਰੁਪਈਆ ਦੇਣਾ ਕੇਬਲ ਦਾ, ਜੇ ਕੋਈ ਮੰਗੇ ਤੇ ਕਹਿ ਦਿਓ ਮੇਰਾ ਨਾਂ ਲੈ ਦਿਓ ਕਿ ਚੰਨੀ ਨੇ ਕਿਹਾ ਸੀ, ਮੁੱਖ ਮੰਤਰੀ ਨੇ ਕਿਹਾ ਸੀ 100 ਰੁਪਈਆ ਦੇਣਾ। ਜਿਹੜੇ ਟਰਾਈ ਆ, ਜਿਹੜੀ ਟੈਲੀਕਮਿਊਨੀਕੇਸ਼ਨ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ ਹੈ, ਉਹਦੇ ਜਿਹੜੇ ਰੇਟ ਹੈ ਉਹ 130 ਰੁਪਈਏ ਆ। ਹੁਣ ਨਵਜੋਤ ਸਿੰਘ ਸਿੱਧੂ ਹੋਰੀ ਵੀ ਕੱਲ ਕਹਿੰਦੇ ਕਿ 130 ਰੁਪਈਏ ਟਰਾਈ ਦੇ ਰੇਟ ਨੇ, 100 ਰੁਪਈਆ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇਹ ਕਿਹਾ, ਉਹ ਕਹਿੰਦੇ ਕਿ ਇਹ ਤਾਂ ਪੋਸੀਬਲ ਨਹੀਂ ਹੋ ਸਕਣਾ, ਟਰਾਈ ਤੋਂ ਤੁਸੀਂ ਘੱਟ ਰੇਟ ਕਿਵੇਂ ਦੇ ਦਿਓਗੇ? ਇੱਕ ਦੂਜੀ ਗੱਲ, ਜਿਹੜਾ 100 ਰੁਪਈਏ ਦੇ ਵਿੱਚ ਕੇਬਲ ਆ ਉਹਦੇ ਵਿੱਚ ਤਾਂ ਇਹ ਹੋ ਸਕਦਾ ਕਿ ਫ੍ਰੀ ਟੂ ਏਅਰ ਦੂਰਦਰਸ਼ਨ ਦੇ 2-4 ਚੈਨਲ ਜਿਹੜੇ ਉਹ ਆ ਜਾਣ, ਕਿਉਂਕਿ ਪੈਕੇਜ ਨੇ ਅੱਗੇ ਤੋਂ ਅੱਗੇ। ਅਸਲ ਦੇ ਵਿੱਚ ਸਮੱਸਿਆ ਜਿਹੜੀ ਆ ਨਾ ਜੀ ਉਹ ਇਹ ਆ ਕਿ ਜਦੋਂ
ਛੋਟੇ ਛੋਟੇ ਕਸਬਿਆਂ ਦੇ ਵਿੱਚ ਪਿੰਡਾਂ ਥਾਵਾਂ ਦੇ ਵਿੱਚ ਕੇਬਲ ਆਪਰੇਟਰਾਂ ਨੇ ਆਪੋ ਆਪਣੇ ਜਿਹੜੇ ਇਹ ਕੇਬਲ ਦੇ ਕਾਰੋਬਾਰ ਸੀ ਉਹ ਸਟੈਬਲਿਸ਼ ਕਰਨੇ ਸ਼ੁਰੂ ਕੀਤੇ ਤਾਂ ਉਦੋਂ ਇਹ ਨਵੀਂ ਨਵੀਂ ਚੀਜ਼ ਆਈ ਸੀਗੀ। ਅੱਛਾ ਉਦੋਂ ਬਾਅਦ ਇਸ ਇਹਦੇ ਵਿੱਚ ਆ ਗਿਆ ਜੀ ਬਾਦਲ ਪਰਿਵਾਰ ਮੁੜ ਕੇ ਜਦੋਂ ਇਹ ਖਾਸ ਤੌਰ ਦੇ ਉੱਤੇ 2007 ਦੇ ਵਿੱਚ ਆ ਜਾਂਦੇ ਆ। ਵੈਸੇ ਤਾਂ ਅਸਲ ਦੇ ਵਿੱਚ ਇਹ ਆ ਗਏ ਸੀਗੇ ਜਦੋਂ 97 ਤੋਂ 2002 ਤੱਕ ਸਰਕਾਰ ਰਹੀ ਆ ਤਾਂ ਉਦੋਂ ਹੀ ਗਏ ਸੀਗੇ, ਪਰ 2007 ਦੇ ਵਿੱਚ ਇਹਨਾਂ ਨੇ ਇਹਨੂੰ ਸਿਸਟਮੈਟਿਕਲੀ ਇੰਨਾ ਕੁ ਕਰ ਲਿਆ ਕਿ ਜਿੰਨੇ ਕਾਰੋਬਾਰ ਕੇਬਲ ਦੇ ਸੀਗੇ ਉਹਨਾਂ ਸਾਰਿਆਂ ਨੂੰ ਸੱਦ ਕੇ ਇਹ ਗੱਲ ਕਹਿਤੀ ਇੰਨੇ ਪੈਸੇ ਤੁਹਾਨੂੰ ਮਹੀਨੇ ਦੇ ਮਿਲਣੇ ਆ, ਇਹ ਕਾਰੋਬਾਰ ਸਾਡਾ ਹੋ ਗਿਆ। ਇਹਦਾ ਕਿਸੇ ਨੇ ਵਿਰੋਧਤਾ ਨਹੀਂ ਕੀਤੀ। ਅੱਛਾ ਫਿਰ ਜਿਹੜੇ ਛੋਟੇ ਛੋਟੇ ਇਹਨਾਂ ਨੇ ਨੈਟਵਰਕ ਲਾਏ ਸੀਗੇ ਉਹ ਸਾਰੇ ਖਤਮ ਕਰਤੇ, ਨੈਟਵਰਕ ਬਣਾ ਤਾ ਇੱਕ, ਲੁਧਿਆਣੇ ਤੋਂ ਆਪਰੇਟ ਹੋਣ ਲੱਗ ਗਿਆ ਸਾਰੇ ਦਾ ਸਾਰਾ ਇਹ ਕਾਰੋਬਾਰ, ਇਹਨੂੰ ਡਿਜੀਟਲ ਕਰ ਦਿੱਤਾ ਡਿਜੀਟਲ। ਅੱਛਾ ਕੋਈ ਨੀ ਬੋਲਿਆ, ਕੋਈ ਨੀ ਇਹਦੇ ਵਿਰੋਧ ਦੇ ਵਿੱਚ ਬੋਲਿਆ ਕੇਬਲ ਦੇ ਉੱਤੇ ਕਿ ਕੇਬਲ ਮਾਫੀਆ। ਹੁਣ ਕੇਬਲ ਮਾਫੀਆ ਕੌਣ ਹੈ ਇਹ ਵੱਡਾ ਸਵਾਲ ਹੈ। ਚਰਨਜੀਤ ਸਿੰਘ ਚੰਨੀ ਹੋਰੀ ਕਹਿੰਦੇ ਕੇਬਲ ਮਾਫੀਆ, ਮੈਂ ਉਹਨੂੰ ਨੱਥ ਪਾਊਂਗਾ। ਨਵਜੋਤ ਸਿੰਘ ਸਿੱਧੂ ਹੋਰੀ ਵੀ ਕਹਿੰਦੇ ਕੇਬਲ ਮਾਫੀਆ, ਨੱਥ ਪਾਵਾਂਗੇ। ਕੇਬਲ ਮਾਫੀਆ ਕੌਣ ਆ? ਉਹ ਆਪਰੇਟਰ ਨਹੀਂ ਗੇ ਜਿਨ੍ਹਾਂ ਦੇ ਬਿਜ਼ਨਸ ਪਹਿਲਾਂ ਹੀ ਉਜਾੜ ਦਿੱਤੇ ਗਏ, ਉਜਾੜ ਕੇ ਉਹ ਉਹਨਾਂ ਨੂੰ ਤਾਂ ਕਲੈਕਸ਼ਨ ਏਜੰਟ ਬਣਾ ਲਿਆ ਕਿ ਤੁਸੀਂ ਪੈਸੇ ਇਕੱਠੇ ਕਰੋ ਤੇ ਸਾਨੂੰ ਲਿਆ ਕੇ ਜਿਹੜੇ ਉਹ ਪੈਸੇ ਦਿਓ। ਉਹ ਕੇਬਲ ਮਾਫੀਆ ਨਹੀਂ ਗੇ। ਕੇਬਲ ਮਾਫੀਆ ਉਹ ਆ ਜਿਹੜਾ ਪਿੱਛੇ ਬੈਠਾ। ਮੰਨ ਲਓ ਅੱਜ ਕਿਸੇ ਚੈਨਲ ਦੇ ਉੱਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਬਾਰੇ ਦੇ ਵਿੱਚ ਜਾਂ 2007 ਤੋਂ ਲੈ ਕੇ 17 ਤੱਕ ਦੀ ਸਰਕਾਰ ਦੇ ਬਾਰੇ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਡਾਕੂਮੈਂਟਰੀ ਆਉਣੀ ਆ ਜਿਹਦੇ ਉੱਤੇ ਸਵਾਲ ਖੜੇ ਹੋ ਸਕਦੇ ਆ, ਹੋਊਗਾ ਕਿ ਉਹ ਚੈਨਲ ਬਲੈਕਆਊਟ ਹੋ ਜਾਊਗਾ ਔਰ ਉਹ ਕੇਬਲ ਦੇ ਉੱਤੋਂ ਗਾਇਬ ਹੋ ਜਾਊਗਾ ਚੈਨਲ ਕਿਸੇ, ਕਿਉਂਕਿ ਇੱਕੋ ਜਗ੍ਹਾ ਤੇ ਹੈ। ਪਹਿਲਾਂ ਇਹ ਹੁੰਦਾ ਸੀਗਾ ਕਿਸੇ ਇੱਕ ਜਗ੍ਹਾ ਤੇ ਚੱਲ ਪਿਆ, ਦੂਜੇ ਦੇ ਉੱਤੇ ਬੰਦ ਹੋ ਗਿਆ, ਦੂਜੇ ਤੋਂ ਚਲਾ ਲਿਆ ਫਿਰ ਬੰਦ ਹੋ ਗਿਆ, ਕਿਉਂਕਿ ਛੋਟੇ ਛੋਟੇ ਆਪਰੇਟਰ ਸੀ। ਜਾਂ ਤਾਂ ਤੁਸੀਂ ਇਹ ਕਾਰੋਬਾਰ ਖੋਲ ਦਿਓ ਕਿ ਛੋਟੇ ਆਪਰੇਟਰ ਆਪੋ ਆਪਣਾ ਸਟੈਬਲਿਸ਼ ਕਰ ਸਕਦੇ ਆ ਨੈਟਵਰਕ, ਫਿਰ ਤਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਹਾਂ ਠੀਕ ਹੈ ਜੀ ਤੁਸੀਂ ਇੰਨੇ ਦੇ ਵਿੱਚ ਕੇਬਲ ਦੇ ਦਿਓ, 100 ਰੁਪਈਏ ਦੇ ਵਿੱਚ। ਉਹ ਵੀ ਨਹੀਂ ਦੇ ਸਕਦੇ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਦੇ ਸਕਦੇ, ਕਿਉਂਕਿ ਜਿਹੜੇ ਵੱਡੇ ਚੈਨਲਸ ਨੇ ਜਿਨ੍ਹਾਂ ਦੇ ਉੱਤੇ ਡਰਾਮੇ ਡਰੂਮੇ ਜਿਹੜੇ ਆਉਂਦੇ ਆ ਉਹ ਉਹਨਾਂ ਦੇ ਆਪਣੇ ਰੇਟ ਨੇ ਜੀ। ਇਸ ਕਰਕੇ ਜੇ ਕੇਬਲ ਆਪਰੇਟਰ ਨੇ ਉਹ ਚਲਾਉਣੇ ਆ ਤੇ ਉਹਨੂੰ ਉਹਨਾਂ ਚੈਨਲਾਂ ਨੂੰ ਪੈਸੇ ਦੇਣੇ ਪੈਣੇ ਆ। ਤੋ ਹਾਂ ਇੰਨਾ ਜ਼ਰੂਰ ਹੋ ਸਕਦਾ ਕਿ ਜਿੰਨਾ ਪੈਸਾ ਇਹ 400-400 450-450 ਰੁਪਈਆ ਲਈ ਜਾਂਦੇ ਕੇਬਲ ਦਾ ਉਹਦੇ ਉੱਤੇ ਨੱਥ ਪੈ ਸਕਦੀ ਆ, ਪਰ ਉਹਦੇ ਲਈ ਕੇਬਲ ਜਿਹੜੇ ਛੋਟੇ ਛੋਟੇ ਆਪਰੇਟਰ ਖਤਮ ਕਰਤੇ ਉਹਨਾਂ ਤੋਂ ਨਹੀਂ ਪੈਣੀ। ਇਹ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਪਤਾ ਨੀ ਕੌਣ ਸਮਝਾਊਗਾ ਕਿ ਉਹ ਕੇਬਲ ਮਾਫੀਆ ਨਹੀਂ, ਕੇਬਲ ਮਾਫੀਆ ਉਹ ਆ ਜਿਹੜੇ ਇਹਦੇ ਸਭ ਦੇ ਪਿੱਛੇ ਬੈਠੇ। ਜੀ ਜੀ ਇੱਕ ਵਾਰੀ ਫਿਰ ਪੰਨੂ ਜੀ, ਸੁਪਰੀਮ ਕੋਰਟ ਨੇ ਪੋਲਿਊਸ਼ਨ ਵਾਲੇ ਮਾਮਲੇ ਦੇ ਉੱਤੇ ਸਰਕਾਰਾਂ ਦੀ ਕੀਤੀ ਆ ਖਿਚਾਈ, ਪਰ ਇਹਨਾਂ ਦੇ ਕਿਹੜਾ ਕੰਨ ਤੇ ਜੂੰ ਸਰਕਦੀ ਆ? ਬਿਲਕੁਲ ਐਕਚੁਅਲੀ ਗੱਲ ਠੀਕ ਆ ਜੀ, ਸਿਆਣੇ ਦਾ ਕਿਆ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ। ਇਹ ਜਿਹੜਾ ਪੋਲਿਊਸ਼ਨ ਆ ਨਾ ਜੀ ਇਹ ਚੇਤੇ ਆਉਂਦਾ ਦੀਵਾਲੀ ਦੇ ਨੇੜੇ ਤੇੜੇ ਆ ਕੇ ਹਰ ਸਾਲ, ਉਸ ਤੋਂ ਬਾਅਦ ਫਿਰ ਸਰਕਾਰਾਂ ਭੁੱਲ ਜਾਂਦੀਆਂ। ਐਦਕੀ ਇੰਨਾ ਕੁ ਚੰਗਾ ਰਿਹਾ ਕਿ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਜਿਹੜੀਆਂ ਵੱਖ ਵੱਖ ਰਿਪੋਰਟਸ ਆਈਆਂ ਉਹਨਾਂ ਦਾ ਜ਼ਿਕਰ ਕਰਕੇ ਸੁਪਰੀਮ ਕੋਰਟ ਨੇ ਖਿਚਾਈ ਕੀਤੀ ਕਿ ਤੁਸੀਂ ਬਹਿ ਕੇ ਏਸੀ ਕਮਰਿਆਂ ਦੇ ਵਿੱਚ ਕਿਸਾਨਾਂ ਦਾ ਧੂੰਆਂ ਰੌਲਾ ਪਾਈ ਜਾਂਦੇ ਹੋ, ਪਰਾਲੀ ਉਹਨਾਂ ਪੋਲਿਊਸ਼ਨ ਨਹੀਂ ਕਰਦੀ ਜਿੰਨਾ ਪੋਲਿਊਸ਼ਨ ਇੰਡਸਟਰੀ ਖਿਲਾਰ ਰਹੀ ਆ, ਜਿੰਨਾ ਪੋਲਿਊਸ਼ਨ ਇਹ ਵਹੀਕਲ ਖਿਲਾਰ ਰਹੇ ਆ। ਇਹ ਗੱਲ ਸੁਪਰੀਮ ਕੋਰਟ ਨੇ ਫੇਰ ਦੁਬਾਰਾ ਜਿਹੜੀ ਉਹ ਭਾਰੀ, ਕਿਉਂਕਿ ਜਦੋਂ ਅੱਜ ਸੁਣਵਾਈ ਸ਼ੁਰੂ ਹੋਈ ਤਾਂ ਕੇਂਦਰ ਦੀ ਸਰਕਾਰ ਨੇ ਇਹ ਕਿਹਾ ਜੀ ਕਿ ਹਵਾ ਵਗ ਪਈ ਆ ਤੇ ਇਹਦੇ ਨਾਲ ਜਿਹੜਾ ਪੋਲਿਊਸ਼ਨ ਆ ਉਹ ਹੁਣ ਕਲੀਨ ਹੋਣਾ ਸ਼ੁਰੂ ਹੋ ਗਿਆ ਤੇ ਕਾਫੀ ਫਰਕ ਪੈ ਗਿਆ। ਸੁਪਰੀਮ ਕੋਰਟ ਕਹਿੰਦੀ ਕਿ ਰੱਬ ਦੇ ਨਾਂ ਦੇ ਉੱਤੇ ਤੁਸੀਂ ਦਿੱਲੀ ਦੇ ਪੋਲਿਊਸ਼ਨ ਨੂੰ ਕੰਟਰੋਲ ਕਿੰਨੀ ਦੇਰ ਤੱਕ ਕਰੀ ਚੱਲੋਗੇ? ਹਵਾ ਤਾਂ ਕੁਦਰਤ ਦੀ ਦੇਣ ਆ ਨਾ, ਜੇ ਉਹ ਚੱਲ ਪਈ ਤੇ ਇਹਦਾ ਮਤਲਬ ਹੁਣ ਤੁਸੀਂ ਆ ਕੇ ਸਾਨੂੰ ਇਹ ਦੱਸਤਾ ਵੀ ਠੀਕ ਆ ਜੀ ਹੁਣ ਪੋਲਿਊਸ਼ਨ ਕੰਟਰੋਲ ਚ ਹੋ ਗਿਆ ਕਿਉਂਕਿ ਹਵਾ ਚੱਲ ਪਈ ਆ। ਉਹਦੇ ਵਿੱਚ ਤੁਸੀਂ ਕੀ ਕੀਤਾ? ਚੀਫ ਜਸਟਿਸ ਐਨ ਵੀ ਰਮੰਨਾ, ਜਸਟਿਸ ਡੀ ਵਾਈ ਚੰਦਰਚੂੜ, ਜਸਟਿਸ ਸੂਰਿਆ ਕਾਂਤ ਦੀ ਜਿਹੜੀ ਤਿੰਨ
ਇਹ ਜਸਟਿਸ ਦੀ ਬੈਂਚ ਸੀ ਉਹਨੇ ਇਸ ਮਾਮਲੇ ਦੇ ਉੱਤੇ ਸੁਣਵਾਈ ਕੀਤੀ ਇਹ ਕਿਹਾ ਕਿ 16 ਨਵੰਬਰ ਨੂੰ ਜਿਹੜਾ ਇਹਨੇ ਕੇਂਦਰ ਦੀ ਸਰਕਾਰ ਦੇ ਸੋਲਿਸਟਰ ਜਨਰਲ ਨੇ ਤੁਸ਼ਾਰ ਮਹਿਤਾ ਨੇ ਕਿਹਾ ਕਿ 16 ਨਵੰਬਰ ਨੂੰ ਜੀ ਪੋਲਿਊਸ਼ਨ 403 ਸੀਗਾ AQI ਬੁੱਧਵਾਰ ਨੂੰ ਘਟ ਕੇ 280 ਰਹਿ ਗਿਆ ਇਹਦੇ ਉੱਤੇ ਜਿਹੜੇ ਚੀਫ ਜਸਟਿਸ ਸੀ ਉਹਨਾਂ ਨੇ ਇਹ ਗੱਲ ਕਹੀ ਕਿ ਇਹਦਾ ਤਾਂ ਜੇ ਕਿਸੇ ਨੂੰ ਕ੍ਰੈਡਿਟ ਜਾਂਦਾ ਉਹ ਤਾਂ ਕੁਦਰਤ ਨੂੰ ਜਾਂਦਾ ਕਿ ਹਵਾ ਵਗੀ ਤੇ ਇਹ ਪੋਲਿਊਸ਼ਨ ਥੋੜਾ ਕਲੀਨ ਹੋ ਗਿਆ ਇਹਦੇ ਵਿੱਚ ਤੁਸੀਂ ਕੀ ਕੀਤਾ ਇਹ ਕਿਹਾ ਕਿ 2 ਤੋਂ 3 ਕਿਲੋਮੀਟਰ ਦੀ ਇਸ ਵੇਲੇ ਹਵਾ ਚੱਲ ਰਹੀ ਆ ਇਹ ਹਵਾ ਸ਼ਾਮ ਤੱਕ ਬੰਦ ਹੋ ਜੇ ਤੇ ਇਹ ਪੋਲਿਊਸ਼ਨ ਲੈਵਲ ਫੇਰ ਉੱਥੇ ਆ ਜਾਣਾ ਫਿਰ ਤੁਸੀਂ ਉਦੋਂ ਬਾਅਦ ਉਹਨਾਂ ਨੇ ਕਿਹਾ ਕਿ ਇੰਨੇ ਦਿਨ ਹੋ ਗਏ ਸਾਨੂੰ ਸੁਣਦਿਆਂ ਨੂੰ ਤੁਸੀਂ ਇਹ ਦੱਸੋ ਕਿ ਇਹਨੂੰ ਕੰਟਰੋਲ ਕਰਨ ਦੇ ਵਾਸਤੇ ਤੁਸੀਂ ਕਿਹੜੇ ਸਟੈਪ ਅੱਗੋਂ ਚੁੱਕੋਗੇ ਜਿਹੜੇ ਸਕੂਲ ਕਾਲਜ ਨੇ ਉਹ 29 ਨਵੰਬਰ ਤੱਕ ਬੰਦ ਕੀਤੇ ਹੋਏ ਆ ਜੀ ਸਾਰੇ ਪੋਲਿਊਸ਼ਨ ਦੀ ਵਜ੍ਹਾ ਕਰਕੇ ਕਿਉਂਕਿ AQI ਲੈਵਲ ਜਿਹੜਾ ਉਹ ਦਿੱਲੀ ਦੇ ਵਿੱਚ ਖਤਰਨਾਕ ਹੱਦ ਤੱਕ ਵਧਿਆ ਹੋਇਆ ਜਦੋਂ ਇੱਥੇ ਲੋਕਡਾਊਨ ਲੱਗਿਆ ਸੀਗਾ ਕੋਰੋਨਾ ਦੇ ਵੇਲੇ ਤਾਂ ਉਸ ਵੇਲੇ ਬੜੇ ਲੋਕ ਫੋਟੋਆਂ ਪਾਉਂਦੇ ਸੀਗੇ ਕਿ ਦੇਖੋ ਜਲੰਧਰ ਤੋਂ ਸਾਨੂੰ ਪਹਾੜ ਦਿਸਣ ਲੱਗ ਗਏ ਤਾਂ ਉਹ ਉਦੋਂ ਇਹ ਗੱਲ ਨਹੀਂ ਨਾ ਉਹ ਸਮਝਦੇ ਕਿ ਵਹੀਕਲ ਬੰਦ ਹੋਏ ਸੀਗੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਹਾਨੂੰ ਚਾਹੇ ਉਹ ਆਡ ਈਵਨ ਵਾਲੀ ਪਾਲਿਸੀ ਆ ਚਾਹੇ ਜਿਹੜੇ ਇੱਥੇ ਪੋਲਿਊਸ਼ਨ ਖਿਲਾਰਦੇ ਵਹੀਕਲਸ ਨੇ ਉਹਨਾਂ ਦੇ ਉੱਤੇ ਕੰਟਰੋਲ ਤਾਂ ਕਰਨਾ ਹੀ ਪਊਗਾ ਹਾਂ ਇੰਨੀ ਗੱਲ ਜ਼ਰੂਰ ਹੈ ਕਿ ਸੁਪਰੀਮ ਕੋਰਟ ਇਸ ਵਾਰੀ ਲੋੜੋਂ ਵੱਧ ਸਖ਼ਤ ਹੈ ਪਰ ਜਿਹੜੇ ਰਮੰਨਾ ਸਾਹਿਬ ਨੇ ਚੀਫ ਜਸਟਿਸ ਨੇ ਜਿੰਨੀ ਦੇਰ ਤੱਕ ਤਾਂ ਉਹ ਬੈਠੇ ਆ ਜੀ ਇਸ ਅਹੁਦੇ ਦੇ ਉੱਤੇ ਇੱਕ ਵੱਡੀ ਆਸ ਹੈ ਪਰ ਰਮੰਨਾ ਸਾਹਿਬ ਵਰਗੇ ਚੀਫ ਜਸਟਿਸ ਕਿੰਨੀ ਕੁ ਦੇਰ ਇਹਦੇ ਉੱਤੇ ਜਿਹੜਾ ਉਹ ਸਖਤੀ ਕਰਦੇ ਰਹਿਣਗੇ ਤੇ ਲੋਕ ਸਮਝਣਗੇ ਨਹੀਂ ਔਰ ਸਰਕਾਰਾਂ ਸਮਝਣਗੀਆਂ ਨਹੀਂ ਖਾਸ ਤੌਰ ਤੇ ਜੀ 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 ਅਗਲੀ ਪੰਨੂ ਜੀ ਗੱਲ ਕਰੀਏ ਮੋਦੀ ਦੇ ਚਹੇਤੇ ਅਦਾਨੀ ਨੇ ਦੂਜੇ ਚਹੇਤੇ ਅੰਬਾਨੀ ਨੂੰ ਪੁੱਛੇ ਛੱਡੇ ਅਮੀਰੀ ਚ ਦੇਖੋ ਜਦੋਂ ਪੂਰੀ ਦੁਨੀਆਂ ਦੇ ਵਿੱਚ ਜਿਹੜੇ ਲੋਕਾਂ ਦੇ ਕਾਰੋਬਾਰ ਖਤਮ ਹੋ ਗਏ ਲੋਕੀ ਸੜਕਾਂ ਤੇ ਆ ਗਏ ਕੋਰੋਨਾ ਦੀ ਵਜ੍ਹਾ ਕਰਕੇ ਪਰ ਇਹਦਾ ਦੂਜਾ ਪੱਖ ਇਹ ਰਿਹਾ ਕਿ ਕਾਰਪੋਰੇਟ ਅਦਾਰੇ ਲਗਾਤਾਰ ਉਹਨਾਂ ਦੀ ਕਮਾਈ ਦੇ ਵਿੱਚ ਵਾਧਾ ਹੁੰਦਾ ਰਿਹਾ ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਰਿਲਾਇੰਸ ਇੰਡਸਟਰੀ ਦੇ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਕੇ ਏਸ਼ੀਆ ਦੇ ਵਿੱਚ ਸਭ ਤੋਂ ਅਮੀਰ ਵਿਅਕਤੀ ਬਣ ਗਿਆ ਅੰਬਾਨੀ 2008 ਦੇ ਵਿੱਚ ਪਹਿਲੀ ਵਾਰੀ ਦੇਸ਼ ਦਾ ਸਭ ਤੋਂ ਅਮੀਰ ਬੰਦਾ ਬਣਿਆ ਸੀਗਾ ਉਦੋਂ ਬਾਅਦ ਪਹਿਲੀ ਵਾਰੀ ਉਹਦੇ ਤੋਂ ਇਹ ਤਾਜ ਖੁੱਸ ਗਿਆ ਰਿਲਾਇੰਸ ਇੰਡਸਟਰੀ ਦੇ ਸ਼ੇਅਰਾਂ ਦੇ ਵਿੱਚ ਗਿਰਾਵਟ ਤੇ ਅਡਾਨੀ ਦੇ ਸ਼ੇਅਰਾਂ ਦੇ ਵਿੱਚ ਤੇਜ਼ੀ ਦੀ ਵਜ੍ਹਾ ਕਰਕੇ ਹੋਇਆ ਦੋਨੋਂ ਜਿਹੜੇ ਇਹ ਕਾਰਪੋਰੇਟ ਘਰਾਣੇ ਨੇ ਉਹਨਾਂ ਦੇ ਨੈੱਟ ਵਰਥ ਦੇ ਅਧਿਕਾਰਤ ਅੰਕੜੇ ਨਹੀਂ ਆਏ ਜਿਹੜੇ ਅੱਜ ਆ ਸਕਦੇ ਆ ਪਰ ਇਹ ਕਿਹਾ ਗਿਆ ਕਿ ਅਡਾਨੀ ਇਸ ਵੇਲੇ ਉੱਪਰ ਹੈ ਸਾਊਦੀ ਅਰਾਮਕੋ ਦੇ ਨਾਲ ਸੌਦਾ ਟੁੱਟਣ ਤੋਂ ਬਾਅਦ ਲਗਾਤਾਰ ਤੀਜੇ ਦਿਨ ਰਿਲਾਇੰਸ ਦੇ ਸ਼ੇਅਰਾਂ ਦੇ ਵਿੱਚ ਗਿਰਾਵਟ ਰਹੀ ਕੰਪਨੀ ਦੇ ਸ਼ੇਅਰ ਪਿਛਲੇ ਮਹੀਨੇ 2750 ਰੁਪਈਏ ਦੀ ਉਚਾਈ ਦੇ ਉੱਤੇ ਸੀਗੇ ਇਹ ਹੁਣ 2351 ਰੁਪਈਏ ਦੇ ਉੱਤੇ ਆ ਗਏ ਕੰਪਨੀ ਦਾ ਮਾਰਕੀਟ ਕੈਪ ਜਿਹੜਾ ਇੱਕ ਮਹੀਨੇ ਪਹਿਲਾਂ 18.48 ਲੱਖ ਕਰੋੜ ਸੀਗਾ ਜਿਹੜਾ ਕਿ ਹੁਣ 14.91 ਕਰੋੜ ਰੁਪਈਏ ਰਹਿ ਗਿਆ ਅੰਬਾਨੀ ਪਰਿਵਾਰ ਦੀ 50.6% ਹਿੱਸੇਦਾਰੀ ਹੈ ਇਹਦੇ ਵਿੱਚ ਮਤਲਬ ਕਿ ਉਹਦੇ ਕੋਲੇ ਜਿਹੜੀ ਜਾਇਦਾਦ ਆ ਅਜੇ ਵੀ 1.68 ਲੱਖ ਕਰੋੜ ਰੁਪਈਆ ਉਹਦੀ ਘੱਟ ਹੋਈ ਹੈ ਦੂਜੇ ਪਾਸੇ ਅਡਾਨੀ ਦੀ ਜਾਇਦਾਦ ਵਧੀ ਹੈ ਬਲੂਮਬਰਗ ਬਿਲੀਅਨੇਅਰ ਇੰਡੈਕਸ ਦੇ ਅਨੁਸਾਰ ਅੰਬਾਨੀ ਦੀ ਜਾਇਦਾਦ ਅਡਾਨੀ ਤੋਂ ਸਿਰਫ 16,000 ਕਰੋੜ ਰੁਪਈਏ ਜ਼ਿਆਦਾ ਸੀਗੀ ਜਿਹੜੀ ਕਿ ਸ਼ੇਅਰਾਂ ਦੇ ਉੱਪਰ ਥੱਲੇ ਹੋਣ ਦੇ ਨਾਲ ਜਿਹੜੀ ਉਹ ਘਟੀ ਅਡਾਨੀ ਦੇ ਬਿਜ਼ਨਸ ਵੱਖੋ ਵੱਖਰੀਆਂ ਕੰਪਨੀਆਂ ਦੇ ਵਿੱਚ ਨੇ ਜੀ ਇਹਦਾ ਅਸਰ ਕੰਪਨੀਆਂ ਦੇ ਸ਼ੇਅਰਾਂ ਦੇ ਉੱਤੇ ਦਿਸਦਾ ਜਦੋਂ ਕਿ ਰਿਲਾਇੰਸ ਇੰਡਸਟਰੀ ਦੇ ਬਿਜ਼ਨਸ ਇੱਕੋ ਕੰਪਨੀ ਦੇ ਤਹਿਤ ਆ ਇਹਦੇ ਵਿੱਚ ਜੇ ਕੋਈ ਬਿਜ਼ਨਸ ਸ਼ਾਨਦਾਰ ਪ੍ਰਦਰਸ਼ਨ ਕਰਦਾ ਤੇ ਇਹਦਾ ਅਸਰ ਸ਼ੇਅਰ ਦੇ ਉੱਤੇ ਉਸੇ ਵੇਲੇ ਨਹੀਂ ਹੁੰਦਾ ਜਦੋਂ ਕਿ ਜਿਹੜੇ ਅਡਾਨੀ ਦੇ ਬਿਜ਼ਨਸ ਨੇ ਉਹ ਜਦੋਂ ਉੱਪਰ ਥੱਲੇ ਹੁੰਦੇ ਤਾਂ ਉਹਦਾ ਅਸਰ ਤੁਰੰਤ ਵੇਖਣ ਨੂੰ ਮਿਲਦਾ ਜਿਹੜਾ ਅਡਾਨੀ ਗਰੁੱਪ ਹੈ ਜੀ ਇਸ ਵੇਲੇ 1,000 ਕਰੋੜ ਰੁਪਈਆ
हर रोज का बना रहा जी, इस जगह उत्ते चले गया। वैसे इतों तक जाना कोई एडी हैरानी वाली गल नहीं गी, क्योंकि अद्धे के करीब मुल्क तो उन्होंने वेच दिता है जी सरकार ने। जी जी बिल्कुल। जाते जाते पन्नू जी आप गल कर लीए पटियाले दे मेयर दा भविख दा दे उत्ते आ। देखो एक तो कांग्रेस पंजाब कांग्रेस ने प्रनीत कौर होरां नूं नोटिस दिता, कारण दसो नोटिस जारी किया भी वह कैप्टन अमरिंदर सिंह होरां दे प्रोग्रामां च फिरदे आ, वह दसण भी कांग्रेस दे नाल ने जां पंजाब लोक कांग्रेस दे नाल ने जिहड़ी कैप्टन अमरिंदर सिंह होरां ने नवीं कंपनी खड़ी कीती है। कंपनी आ, पार्टी तां है नहीं, क्योंकि प्राइवेट लिमिटेड पहलां भी हैगे एक दो उहो जी इह आ। उंज वैसे कैप्टन अमरिंदर सिंह होरां ने एक होर स्टैप गांह जांदिया इह कहता जी उत्तराखंड यूपी दे विच भारतीय जनता पार्टी लई मैं प्रचार करूंगा जाके, ये कैप्टन अमरिंदर सिंह होरां ने कह दिता। उधर अज दा दिन अहम रहूगा क्योंकि जिहड़े इत्थे पटियाला दे मेयर आ उहदे भविख इस गल दे उत्ते टिकिया होया कि उह अपनी गद्दी बचा सकणगे जां नहीं। ਇੱਥੇ ਇੱਕ ਤਾਂ ਮੋਤੀ ਮਹਿਲ ਦੇ ਵਿੱਚ ਪਿਛਲੇ 3 ਦਿਨ ਤੋਂ ਜਿਹੜੇ ਐਮਸੀ ਨੇ ਉਹਨਾਂ ਨੂੰ ਰੱਖਿਆ ਗਿਆ, ਉੱਥੇ ਹੀ ਉਹਨਾਂ ਦੇ ਰੋਟੀ ਪਾਣੀ ਦਾ ਇੰਤਜ਼ਾਮ ਹੈ ਅੰਦਰ ਮਹਿਲ ਦੇ, ਉੱਥੇ ਉਹਨਾਂ ਨੂੰ ਬਾਹਰ ਨਹੀਂ ਨਿਕਲ ਦਿੱਤਾ ਜਾ ਰਿਹਾ ਤਾਂ ਕਿ ਉਹਨਾਂ ਨੂੰ ਕਿਤੇ ਅਗਵਾ ਨਾ ਕਰ ਲਿਆ ਜਾਵੇ। ਮਹਿਲ ਜਿਹੜਾ ਮੋਤੀ ਮਹਿਲ ਹੈ ਉਹਦੇ ਬਿਲਕੁਲ ਸਾਹਮਣੇ ਬ੍ਰਹਮਿੰਦਰਾ ਦਾ ਘਰ, ਬ੍ਰਹਮਿੰਦਰਾ ਉੱਥੇ ਦੂਜੇ ਪਾਸੇ ਦੂਜੇ ਧੜੇ ਦੀ ਅਗਵਾਈ ਕਰ ਰਹੇ ਆ, ਭਾਵ ਕਿ ਕਾਂਗਰਸ ਦੇ ਧੜੇ ਦੀ ਅਗਵਾਈ ਕਰ ਰਿਹਾ ਤੇ ਕਾਂਗਰਸ ਦੇ ਇਸ ਧੜੇ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਮੇਅਰ ਬਿੱਟੂ ਸ਼ਰਮਾ ਨੂੰ ਉਹਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਜਾਵੇ। ਅੱਜ ਦਾ ਦਿਨ ਇਹ ਇਸ ਪੱਖੋਂ ਅਹਿਮ ਰਹੂਗਾ ਕਿ ਵੋਟਾਂ ਦੇ ਨਾਲ ਜਿਹੜੀ ਆ ਉਹ ਲਾਇਆ ਜਾ ਸਕਦਾ ਜਾਂ ਨਹੀਂ। ਦੱਸਣ ਵਾਲੇ ਇਹ ਗੱਲ ਦੱਸਦੇ ਆ ਕਿ ਟੈਕਨੀਕਲੀ ਬਹੁਤੀ ਵਾਰੀ ਉਹਨਾਂ ਤਾਂ ਸਰਕਾਰਾਂ ਚਾਹੁਣ ਤੇ ਕੀ ਨਹੀਂ ਕਰ ਸਕਦੀਆਂ, ਪਰ ਜੇ ਤਕਨੀਕੀ ਆਧਾਰ ਦੇ ਉੱਤੇ ਦੇਖਿਆ ਜਾਵੇ ਤੇ ਐਡਾ ਸੌਖਾ ਨਹੀਂ ਹੁੰਦਾ ਮੇਅਰ ਨੂੰ ਲਾਉਣਾ। ਧੱਕਾ ਹੋਣ ਦੇ ਆਸਾਰ ਨੇ, ਧੱਕਾ ਕਰਦੇ ਰਹੇ ਆ। ਜਦੋਂ ਨਿਗਮ ਦੀਆਂ ਚੋਣਾਂ ਹੋਈਆਂ ਸੀਗੀਆਂ ਤੇ ਉਦੋਂ ਜਿਹੜੀਆਂ ਸਾਰੀਆਂ ਹੀ ਸੀਟਾਂ ਜਿੱਤ ਲਈਆਂ ਸੀਗੀਆਂ ਕਾਂਗਰਸ ਨੇ ਤੇ ਇੱਕੋ ਇੱਕ ਸੀਟ ਸੀਗੀ ਜਿਹਦੀ ਵੋਟਿੰਗ ਕੈਂਸਲ ਹੋ ਗਈ ਸੀ ਤੇ ਮੁੜ ਕੇ ਦੁਬਾਰਾ ਪਈ ਸੀ, ਉਹ ਇੱਕ ਅਕਾਲੀ ਦਲ ਦੇ ਹਿੱਸੇ ਆਈ ਸੀ। ਉਂਝ ਵੈਸੇ ਇਹ ਪ੍ਰੈਕਟਿਸ ਅਕਾਲੀ ਦਲ ਨੇ ਸ਼ੁਰੂ ਕੀਤੀ ਸੀ ਪੰਜਾਬ ਦੇ ਵਿੱਚ ਕਿ ਕਿਸੇ ਨੂੰ ਕਾਗਜ਼ ਨਾ ਭਰਨ ਦਿਓ ਤੇ ਮੁੜ ਕੇ ਵੋਟਾਂ ਆਪਣੇ ਹੱਕ ਦੇ ਵਿੱਚ ਭੁਗਤਾ ਲਓ, ਏਦਾਂ ਹੀ ਉਹ ਕਬਜ਼ੇ ਕਰਦੇ ਸੀ। ਉਸੇ ਹੀ ਪ੍ਰੈਕਟਿਸ ਨੂੰ ਅੱਗੇ ਕਾਂਗਰਸ ਨੇ ਜਾਰੀ ਰੱਖਿਆ ਸੀ। ਹੁਣ ਕਾਂਗਰਸ ਦੇ ਵਿੱਚੋਂ ਜਦੋਂ ਕਾਂਗਰਸ ਇੱਕ ਹੋਰ ਨਿਕਲ ਆਈ ਹੈ ਤੇ ਇਹ ਨਵੀਂ ਪ੍ਰੈਕਟਿਸ ਸਟਾਰਟ ਹੋਈ ਹੈ ਜੀ। ਜੀ 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 ਤੇ ਬਹੁਤ ਬਹੁਤ ਸ਼ੁਕਰੀਆ ਪੰਨੂ ਜੀ ਅੱਜ ਦੀਆਂ ਜਿਹੜੀਆਂ ਖਬਰਾਂ ਦੇ ਲਈ ਜਾਣਕਾਰੀਆਂ ਦੇਣ ਦੇ ਲਈ। ਮਿਲਦੇ ਹਾਂ ਜੀ ਅਗਲੀ ਵਾਰ, ਧੰਨਵਾਦ, ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ। ਸੋ ਤੇ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ, ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਸੁਣਦੇ ਰਹੋ ਪੰਜਾਬੀ ਰੇਡੀਓ USA।